ਜੋ ਸਫਰਾਂ ਦੀ ਸ਼ੁਰੂਆਤ ਕਰਦੇ ਹਨ ਉਹ ਮੰਜ਼ਿਲ ਵੀ ਪਾ ਲੈਂਦੇ ਹਨ। ਬਸ ਇੱਕ ਵਾਰ ਚੱਲਣ ਦਾ ਹੌਸਲਾ ਜ਼ਰੂਰੀ ਹੈ ਕਿਉਂਕਿ ਚੰਗੇ ਇਨਸਾਨਾਂ ਦਾ ਰਸਤੇ ਵੀ ਇੰਤਜ਼ਾਰ ਕਰਦੇ ਹਨ। ਸੋ ਜੀ, ਇਸ ਸ਼ੁਭ ਵਿਚਾਰ ਦੇ ਨਾਲ ਮੈਂ ਅੰਕੁਸ਼ ਜੀ ਹਾਜ਼ਰ ਹੋ ਗਿਆ ਤੁਹਾਡੇ ਆਪਣੇ ਯੂਟਿਊਬ ਚੈਨਲ ਜਿਸ ਦਾ ਨਾਮ ਹੈ ਸਟੱਡੀ ਬਜ਼ਰ। ਸੋ ਪੂਰੀ ਸਟੱਡੀ ਬਜ਼ਰ ਦੀ ਟੀਮ ਵੱਲੋਂ ਅੱਜ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ ਜੀ, ਅਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਹੀ ਤੰਦਰੁਸਤ ਹੋਵੋਗੇ। ਸੋ ਜਿਵੇਂ ਕਿ ਵਾਅਦੇ ਅਨੁਸਾਰ ਤੁਹਾਨੂੰ ਕਿਹਾ ਸੀ ਕਿ ਵੀਡੀਓ ਸਾਡੀ ਜਲਦ ਤੋਂ ਜਲਦ ਹੁਣ ਅਪਲੋਡ ਹੁੰਦੀ ਰਹੇਗੀ, ਅਤੇ ਇੱਕ ਹੋਰ ਖੁਸ਼ਖਬਰੀ ਹੈ ਜਿਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਕਾਫੀ ਸਮੇਂ ਤੋਂ ਇਹ ਚਰਚਾ ਦਾ ਵਿਸ਼ਾ ਰਿਹਾ ਕਿ ਸਰ ਸਿਲੇਬਸ ਕਦੋਂ ਆਏਗਾ, ਸਿਲੇਬਸ ਕਦੋਂ ਆਏਗਾ। ਸੋ ਜੀ, ਕੱਲ੍ਹ ਦੀ ਤਰੀਕ ਦੇ ਵਿੱਚ 2 ਤਰੀਕ ਨੂੰ ਸਿਲੇਬਸ ਆ ਚੁੱਕਿਆ ਹੈ, ਅਤੇ ਮੈਂ ਉਮੀਦ ਕਰਦਾ ਹਾਂ ਕਿ ਆਪਾਂ ਨੂੰ ਕੋਈ ਸਾਰੇ ਹੀ ਬੱਚਿਆਂ ਨੂੰ ਇੱਕ ਚੰਗਾ ਵੈਲ ਡਿਫਾਈਨਡ ਸਿਲੇਬਸ ਮਿਲਿਆ। ਆਪਾਂ ਨੂੰ ਕੁਛ ਵੀ ਐਕਸਟਰਾ ਕਰਨ ਦੀ ਲੋੜ ਨਹੀਂ। ਜਿੰਨਾ ਆਪਾਂ ਪਹਿਲਾਂ MCQs ਲਗਾ ਰਹੇ ਸੀ ਜਿਸ ਲੈਵਲ 'ਤੇ, ਉਹ ਬਿਲਕੁਲ ਉਸ ਲੈਵਲ ਦਾ ਹੀ ਇੱਕ ਪੇਪਰ ਬਣ ਕੇ ਆਇਆ। ਬਸ ਇੱਕ ਜੋ ਛੋਟਾ ਜਿਹਾ ਚੇਂਜ ਆਇਆ ਕਿ ਇੱਕ ਪੇਪਰ ਇਹ ਜੋ ਪਾਰਟ ਹੈ ਆਪਣਾ ਇੱਕ ਹੋਰ ਐਡ ਹੋ ਗਿਆ, ਪਰ ਕੋਈ ਗੱਲ ਨਹੀਂ ਹੈ ਜੀ ਘਬਰਾਉਣ ਵਾਲੀ। ਤੁਸੀਂ ਸਾਡੇ 'ਤੇ ਇੰਨਾ ਯਕੀਨ ਬਣਾ ਕੇ ਰੱਖਿਆ ਅਤੇ ਅਸੀਂ ਉਹ ਯਕੀਨ ਟੁੱਟਣ ਨਹੀਂ ਦੇਵਾਂਗੇ। ਅਸੀਂ ਜਿਸ ਲੈਵਲ ਦੀ ਤਿਆਰੀ ਕਰ ਰਹੇ ਸੀ ਹੁਣ ਥੋੜ੍ਹਾ ਜਿਹਾ 2 ਕਦਮ ਵੱਧ ਕੇ ਕਰਾਂਗੇ, ਅਤੇ ਪੰਜਾਬੀ ਦੀ ਅਗਰ ਗੱਲ ਕੀਤੀ ਜਾਵੇ, ਕਿਉਂਕਿ ਇੱਕ ਪੇਪਰ ਇਹ ਹੈ ਜੋ ਪੂਰਾ ਪੰਜਾਬੀ 'ਤੇ ਹੀ ਹੈ ਜੀ, 100 ਨੰਬਰ ਦੀ ਪੰਜਾਬੀ ਉਸ ਵਿੱਚ ਪੁੱਛੀ ਜਾਵੇਗੀ, ਅਤੇ 50 ਅੰਕਾਂ ਵਾਲਾ ਜੋ ਹੈ ਉਸ ਵਿੱਚ ਪਾਸ ਮੰਨਿਆ ਜਾਵੇਗਾ। ਕੁਝ ਇਸ ਤਰ੍ਹਾਂ ਦਾ ਪੈਟਰਨ ਆਪਣੇ ਸਾਹਮਣੇ ਆਇਆ। ਸੋ ਘਬਰਾਉਣ ਦੀ ਲੋੜ ਨਹੀਂ ਜੀ, MCQs ਆਪਣੇ ਲੱਗ ਰਹੇ ਨੇ। ਅਤੇ ਇੱਕ ਖੁਸ਼ਖਬਰੀ ਹੋਰ ਹੈ, ਜਿਹੜੇ ਬੱਚੇ 59-94 ਦੀ ਤਿਆਰੀ ਕਰ ਰਹੇ ਹਨ ਉਹਨਾਂ ਸਾਰੇ ETT ਕੈਡਰ ਵਾਲਿਆਂ ਲਈ ਇੱਕ ਖੁਸ਼ਖਬਰੀ ਇਹ ਹੈ ਕਿ ਸਾਡੀ ਜੋ ਸਟੱਡੀ ਬਜ਼ਰ ਦੀ ਟੀਮ ਹੈ ਜੀ, ਉਹ ਤੁਹਾਡੇ ਲਈ ਲੈ ਕੇ ਆ ਰਹੀ ਹੈ ਇੱਕ ਸੁਨਹਿਰੀ ਮੌਕਾ। ਇਸ ਵਿੱਚ ਤੁਹਾਨੂੰ ਮਿਲਣਗੇ ਉਹ ਰਿਟਨ ਨੋਟਸ, ਕਿਉਂਕਿ ਬੱਚੇ ਕਹਿ ਰਹੇ ਸੀ ਸਰ ਟਾਈਮ ਥੋੜ੍ਹਾ ਹੈ, ਇਗਜ਼ਾਮ ਪਤਾ ਨਹੀਂ ਕਦੋਂ ਹੋ ਜਾਵੇ। ਤਾਂ ਘਬਰਾਉਣ ਦੀ ਲੋੜ ਨਹੀਂ ਜੀ, ਤੁਹਾਡੇ ਨੋਟਸ ਤਿਆਰ ਬਰ ਤਿਆਰ ਹਨ। ਲਿੰਕ ਵਿੱਚ ਨੀਚੇ ਹੇਠ ਲਿਖੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਗੇ ਸਾਰੇ। ਤੁਸੀਂ ਟੈਲੀਗ੍ਰਾਮ ਜੋ ਹੈ ਗਰੁੱਪ ਜੁਆਇਨ ਕਰ ਸਕਦੇ ਹੋ, ਵਟਸਐਪ ਗਰੁੱਪ ਦਾ ਵੀ ਤੁਹਾਨੂੰ ਲਿੰਕ ਮਿਲ ਜਾਏਗਾ। ਉੱਥੇ ਆ ਕੇ ਸਾਡੇ ਨਾਲ ਕੰਟੈਕਟ ਕਰੋ, ਤੁਹਾਨੂੰ ਜਸਟ ਵਾਜਿਬ ਰੇਟਾਂ ਦੇ ਵਿੱਚ, ਕੋਈ ਤੁਹਾਡੇ ਤੋਂ ਐਕਸਟਰਾ ਪੈਸਾ ਨਹੀਂ ਲਿਆ ਜਾਵੇਗਾ ਰਾਜੇ। ਇਹ ਕੋਈ ਇੱਕ ਬੰਦੇ ਦੀ ਮਿਹਨਤ ਨਹੀਂ ਹੁੰਦੀ, ਤੁਹਾਨੂੰ ਮੈਂ ਪਹਿਲੇ ਵੀ ਕਿਹਾ ਸੀ ਕਿ ਇਹ ਪੂਰੀ ਟੀਮ ਦੀ ਮਿਹਨਤ ਹੈ, ਠੀਕ ਹੈ। ਤੁਹਾਡੇ ਤੋਂ ਕੁਛ ਨਵੇਂ ਬੱਚੇ ਹਨ, ਇਸ ਤੋਂ ਇਲਾਵਾ ਜਿਹੜੇ ਜਗਦੀਪ ਸਰ ਨੂੰ ਜਾਣਦੇ ਹਨ, ਜਿੰਨੇ ਵੀ ਬੱਚੇ ਹਨ ਅਤੇ ਸਾਡੇ ਨਾਲ ਜੁੜੇ ਹੋਏ ਹਨ ਕਾਫੀ ਸਮੇਂ ਤੋਂ, ਉਹਨਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ, ਇਹ ਸਾਰਾ ਉਹਨਾਂ ਦੀ ਅਗਵਾਈ ਹੇਠ ਹੀ ਹੋ ਰਿਹਾ, ਠੀਕ ਹੈ। ਪੂਰਾ ਜੋ ਹੈ ਸਾਡਾ ਸਟੱਡੀ ਬਜ਼ਰ ਦੀ ਟੀਮ ਹੈ, ਉਹਨਾਂ ਨੇ ਨੋਟਸ ਤਿਆਰ ਕੀਤੇ ਹਨ, ਵੈਲ ਐਕਸਪੀਰੀਅੰਸਡ ਨੇ ਸਾਰੇ, ਜੋਬ ਹਨ, ਜੋਬ ਦੇ ਵਿੱਚ ਜੋਬ ਕਰ ਰਹੇ ਨੇ। ਰੀਸੈਂਟਲੀ ਜੋ ਆਪਣੀ 65-35 ਭਰਤੀ ਹੋਈ ਸੀ, ਸਾਰਿਆਂ ਦੀ ਸਿਲੈਕਸ਼ਨ ਸੀ, ਅਤੇ ਡਾਟਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਅਸੀਂ 80-85 ਬੱਚਿਆਂ ਦਾ ਬੈਚ ਚਲਾਇਆ ਸੀ, ਜਿਸ ਵਿੱਚੋਂ 50 ਜੋ ਪਲੱਸ ਬੱਚੇ ਸੀ ਉਹ ਪਹਿਲੀ ਲਿਸਟ ਵਿੱਚ ਹੀ ਚੁਣੇ ਜਾ ਚੁੱਕੇ ਸੀ। ਉਸ ਤੋਂ ਇਲਾਵਾ ਜਦੋਂ ਵਾਰ ਵਾਰ ਹੁਣ ਵੀ ਲਿਸਟਾਂ ਆਈਆਂ ਸੀ, ਤਾਂ ਉਸ ਵਿੱਚ ਜੀ ਬਾਅਦ ਵਿੱਚ ਵੀ 5-10 ਬੱਚੇ ਜੋ ਨੇ ਸਿਲੈਕਟ ਹੋਏ ਨੇ। ਸੋ ਇਹ ਜਸਟ ਰਿਕਾਰਡ ਬੋਲਦੇ ਹਨ, ਇੱਕ ਮਿਹਨਤ ਦਾ, ਤੁਹਾਡਾ ਸਾਡੇ 'ਤੇ ਭਰੋਸੇ ਦਾ, ਅਤੇ ਸਾਰੀ ਟੀਮ ਦੀ ਹੀ ਮਿਹਨਤ ਹੈ ਜੀ ਇਹ, ਠੀਕ ਹੈ। ਸੋ ਕੋਈ ਜ਼ਿਆਦਾ ਅਮਾਊਂਟ ਨਹੀਂ ਹੈ, ਨੈਗਲੀਜੀਬਲ ਹੈ, ਸਿਰਫ 1499 ਕੁਛ ਅਮਾਊਂਟ ਡਿਸਾਈਡ ਕੀਤੀ ਗਈ ਹੈ। ਅਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਨੋਟਸ ਜੋ ਨੇ ਪੂਰੇ ਤੁਹਾਨੂੰ ਪਿਆਰ ਦਿਓਗੇ ਤੁਸੀਂ ਇਹਨਾਂ ਨੂੰ, ਅਤੇ ਤੁਹਾਨੂੰ ਪਸੰਦ ਵੀ ਆਉਣਗੇ, ਕਿਉਂਕਿ ਪੂਰਾ ਵੈਲ ਡਿਸਕ੍ਰਾਈਬਡ ਨੋਟਸ ਨੇ ਜੀ। ਤੁਹਾਨੂੰ ਇਸ ਤੋਂ ਬਾਹਰ ਹੋਰ ਕੁਛ ਵੀ ਕਰਨ ਦੀ ਲੋੜ ਨਹੀਂ। ਤੁਹਾਨੂੰ ਕੋਈ ਬੁੱਕ ਰੈਕਮੈਂਡ ਨਹੀਂ ਹੋਵੇਗੀ ਕਿ ਤੁਸੀਂ ਇਹ ਬੁੱਕ ਕਰਦੇ ਰਹੋ, ਜਾਂ ਫਿਰ ਤੁਹਾਨੂੰ ਬੁੱਕ ਇਹੋ ਜਿਹੀ ਨਹੀਂ ਕੋਈ ਸੁਜੈਸਟ ਕਰਾਂਗੇ ਕਿ ਬਸ ਇੰਨਾ ਹੀ ਪੜ੍ਹ ਲਓ। ਸਾਰੀਆਂ ਬੁੱਕਸ ਨੂੰ ਐਨਾਲਾਈਜ਼ ਕਰਕੇ ਹੀ ਇਹ ਨੋਟਸ ਤਿਆਰ ਕੀਤੇ ਹੋਏ ਨੇ। ਇਹ ਕੋਈ 1-2 ਜਾਂ 3 ਦਿਨਾਂ ਦੀ ਮਿਹਨਤ ਨਹੀਂ, ਕੋਈ 3 ਹਫ਼ਤਿਆਂ ਦੀ ਮਿਹਨਤ ਨਹੀਂ ਹੈ ਜੀ, ਕਈ ਸਾਲਾਂ ਦੀ ਮਿਹਨਤ ਹੁੰਦੀ ਹੈ। ਜੋ ਵੀ ਟੀਚਰਸ ਇਹ ਨੋਟਸ ਬਣਾ ਰਹੇ ਨੇ ਉਹ ਕੋਈ ਥੋੜ੍ਹੇ ਸਮੇਂ ਦੀ ਮਿਹਨਤ ਨਹੀਂ ਹੈ, ਠੀਕ ਹੈ। ਸੋ ਉਮੀਦ ਕਰਦਾ ਹਾਂ ਤੁਹਾਨੂੰ ਸਾਡਾ ਕੁਛ ਇਹ ਜੋ ਅਸੀਂ ਕਦਮ ਵਧਾਉਣ ਜਾ ਰਹੇ ਹਾਂ ਤੁਹਾਨੂੰ ਇਹ ਪਸੰਦ ਆਵੇਗਾ। ਸੋ ਇਸ ਦੇ ਨਾਲ ਹੀ ਆਪਾਂ ਬਹੁਤਾ ਸਮਾਂ ਜਾਇਆ ਨਹੀਂ ਕਰਦੇ, ਤੁਹਾਡੇ ਨਾਲ ਵਾਅਦੇ ਅਨੁਸਾਰ ਆਪਣੇ MCQs ਜੋ ਪੰਜਾਬੀ ਦੇ ਹਨ ਉਹ ਲੱਗ ਰਹੇ ਨੇ ਅਤੇ ਅੱਗੇ ਵੀ ਲੱਗਦੇ ਰਹਿਣਗੇ। ਬਸ ਫਰਕ ਇੰਨਾ ਹੈ ਕਿ ਇਸ ਵਾਰ ਆਪਾਂ ਕੁਝ ਲੈਕਚਰਸ ਐਕਸਟਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਪੰਜਾਬੀ ਵਿਸ਼ਾ ਅਲੱਗ ਤੋਂ ਆ ਚੁੱਕਿਆ ਹੈ, ਹੁਣ ਤੁਹਾਨੂੰ ਗੁਰਮਤਿ ਕਾਵਿ, ਸੂਫੀ ਕਾਵਿ ਇੱਕ ਅਲੱਗ ਅਲੱਗ ਤੌਰ 'ਤੇ ਕੋਈ ਕੰਸੈਪਟ ਦੇ ਦਿੱਤੇ ਗਏ ਨੇ, ਅਲੱਗ ਭਾਗ ਬਣਾ ਕੇ ਦੇ ਦਿੱਤਾ ਗਿਆ, ਤਾਂ ਆਪਾਂ ਉਹਨਾਂ ਸਾਰਿਆਂ ਦੇ ਰਿਲੇਟਿਡ ਜਿੰਨੇ ਵੀ MCQs ਬਣ ਸਕਦੇ ਉਹ ਸਾਰੇ ਕਰਾਂਗੇ, ਠੀਕ ਹੈ। ਬਾਕੀ ਉਸ ਤੋਂ ਇਲਾਵਾ ਕੋਈ ਚੇਂਜ ਨਹੀਂ ਹੋਇਆ। ਸਾਹਿਤ ਤੁਹਾਡਾ ਟੌਪਿਕ ਜਿਵੇਂ ਪਹਿਲਾਂ ਸੀ ਉਵੇਂ ਹੀ ਆਪਾਂ ਨੂੰ ਹੁਣ ਦੁਬਾਰਾ ਦੇਖਣ ਨੂੰ ਮਿਲ ਰਿਹਾ, ਉਸਨੂੰ ਲੋਕ ਸਾਹਿਤ ਕਹਿ ਦਿੱਤਾ ਗਿਆ, ਠੀਕ ਹੈ।
ਸਾਹਿਤ ਆਪਣਾ ਉਸ ਵਿੱਚੋਂ ਬਾਹਰ ਨਾ ਤਾਂ ਅੱਗੇ ਆਇਆ ਸੀ ਰਾਜੇ ਅਤੇ ਨਾ ਹੀ ਹੁਣ ਆਏਗਾ। ਤੁਹਾਨੂੰ ਉਸ ਤੋਂ ਬਾਹਰ ਹੋਰ ਕੁਛ ਵੀ ਕਰਨ ਦੀ ਲੋੜ ਜੋ ਹੈ ਨਹੀਂ ਹੈ, ਠੀਕ ਹੈ। ਇਸ ਤੋਂ ਇਲਾਵਾ ਜਿਹੜੇ ਬਾਕੀ ਸਬਜੈਕਟਸ ਨੇ ਤੁਸੀਂ ਇੱਕ ਵਾਰ ਨੋਟਸ ਪਰਚੇਜ਼ ਕਰਕੇ ਦੇਖੋ, ਉਮੀਦ ਕਰਦਾ ਤੁਹਾਨੂੰ ਜ਼ਰੂਰ ਪਸੰਦ ਆਉਣਗੇ, ਠੀਕ ਹੈ। ਚਲੋ ਜੀ, ਆ ਜਾਓ ਫਿਰ ਅੱਜ ਦੀ MCQ ਜੋ ਕਲਾਸ ਹੈ, MCQ ਕਲਾਸ ਆਪਾਂ ਅੱਜ ਨਵੇਂ ਕੁਐਸਚਨਸ ਕੁਛ ਲੈ ਕੇ ਆਇਆ ਸੀ ਸਾਹਿਤ ਦੇ ਰਿਲੇਟਿਡ, ਠੀਕ ਹੈ। ਕੁਛ ਸਾਹਿਤ ਟੋਪਿਕ ਦੇ ਹੀ ਰਿਲੇਟਿਡ ਮੈਂ ਕੁਐਸਚਨ ਲੈ ਕੇ ਆਇਆ, ਬੱਚਿਆਂ ਦੇ ਕਾਫੀ ਜੋ ਡਾਊਟਸ ਨੇ ਉਹ ਸਾਹਿਤ ਟੋਪਿਕ ਵਿੱਚ ਹੀ ਹਨ। ਸੋ ਫਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਹੈ ਜੀ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਬਾਣੀ ਜੋ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਨਹੀਂ ਹੈ। ਧਿਆਨ ਦਿਓ, ਜੋ ਆਪਣਾ ਸਿਲੇਬਸ ਆਇਆ ਫਸਟ ਟੋਪਿਕ ਹੀ ਗੁਰਮਤਿ ਕਾਵਿ ਦਾ ਹੈ, ਫਸਟ ਟੋਪਿਕ ਹੀ ਗੁਰਮਤਿ ਕਾਵਿ ਦਾ ਹੈ। ਸੋ ਗੁਰੂ ਨਾਨਕ ਦੇਵ ਜੀ ਦੀ ਉਹ ਕਿਹੜੀ ਰਚਨਾ ਹੈ ਜੋ ਉਹਨਾਂ ਦੁਆਰਾ ਹੇਠ ਲਿਖਿਆਂ ਵਿੱਚੋਂ ਨਹੀਂ ਹੈ। ਬਾਕੀ ਤਿੰਨ ਹਨ, ਇੱਕ ਵਿੱਚੋਂ ਇਹੋ ਜਿਹੀ ਹੈ ਜੋ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ। ਸੋ ਦੱਸੋ ਜਲਦੀ ਸਿਲੈਕਟ ਕਰਕੇ ਕਿਹੜੀ ਆਪਸ਼ਨ ਹੈ, ਜਲਦੀ ਆਪਸ਼ਨ ਦਿਓ। ਹਾਂਜੀ ਬਿਲਕੁਲ, ਬੀ, ਜੋ ਬੀ ਹੈ ਇਹ ਸਰੀਰਾ ਮੇਰਿਆ, ਇਹ ਆਪਸ਼ਨ ਗਲਤ ਹੈ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਨਹੀਂ ਹੈ। ਬਾਕੀ ਤਿੰਨੋਂ ਜੋ ਪਵਨ ਗੁਰੂ ਪਾਣੀ ਪਿਤਾ ਸੋ ਕਿਉਂ ਮੰਦਾ ਆਖਿਆ, ਗਗਨ ਮੈਂ ਥਾਲ, ਇਹ ਤਿੰਨੋਂ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀਆਂ ਹੋਈਆਂ ਹਨ, ਪਰ ਇਹ ਸਰੀਰਾ ਮੇਰਿਆ ਜੋ ਹੈ ਇਹਨਾਂ ਨੇ ਕੀ ਕਿਹਾ ਸੀ, ਜੋ ਆਪਸ਼ਨ ਨਹੀਂ ਹੈ। ਸੋ ਉਸ ਅਕੋਰਡਿੰਗ ਬੀ ਆਪਸ਼ਨ ਰਾਈਟ ਹੈ। ਵੀ ਕੁਐਸਚਨ ਧਿਆਨ ਨਾਲ ਪੜ੍ਹ ਲਿਓ, ਕਾਫੀ ਬੱਚੇ ਜੋ ਹਨ ਪੇਪਰ ਵਿੱਚ ਇਸ ਵਰਡ ਨੂੰ ਮਿਸ ਕਰ ਦਿੰਦੇ ਨੇ, ਨਹੀਂ ਜੋ ਹੈ ਪੁੱਛਿਆ ਹੁੰਦਾ ਪਰ ਬੱਚੇ ਹੋਰ ਆਪਸ਼ਨ ਲਗਾ ਦਿੰਦੇ ਆ, ਸੋ ਇਸ ਚੀਜ਼ ਦਾ ਧਿਆਨ ਰੱਖਿਓ। ਸੈਕਿੰਡ ਉਪਸ਼ ਕੀ ਕਹਿੰਦੀ ਹੈ ਜੀ ਸਵਾਲ, ਇਸ਼ਕ ਦੀ ਨਵੀਓ ਨਵੀਂ ਬਹਾਰ ਅਤੇ ਤੇਰਾ ਨਾਮ ਧਿਆਨ ਦਾ ਸਾਈ ਰਚਨਾ ਕਿਸ ਦੀ ਹੈ। ਲਓ ਜੀ, ਅਗੇਨ ਆਪਣੇ ਕੋਲ ਇਸ ਵਾਰ ਰਾਈਟਰ ਪੁੱਛ ਲਿਆ ਗਿਆ, ਪਿਛਲੀ ਵਾਰ ਰਚਨਾ ਪੁੱਛੀ ਸੀ, ਇਸ ਵਾਰ ਇਹਨਾਂ ਨੇ ਕੀ ਪੁੱਛਿਆ, ਰਾਈਟਰ। ਕੀ ਇਹ ਸ਼ੇਖ ਫਰੀਦ ਜੀ ਦੀ ਹੈ, ਭਾਈ ਵੀਰ ਸਿੰਘ ਦੀ ਹੈ, ਬੁੱਲੇ ਸ਼ਾਹ ਦੀ ਹੈ ਜਾਂ ਸ਼ਾਹ ਹੁਸੈਨ ਦੀ ਹੈ? ਇਸ਼ਕ ਦੀ ਨਵੀਓ ਨਵੀਂ ਬਹਾਰ ਜਾਂ ਅਤੇ ਤੇਰਾ ਨਾਮ ਧਿਆਨ ਦਾ, ਦੋ ਰਚਨਾਵਾਂ ਦਿੱਤੀਆਂ ਨੇ, ਰਾਈਟਰ ਪੁੱਛਿਆ। ਰਾਈਟਰ ਕੌਣ ਹੈ ਜੀ ਇਸਦਾ? ਬਿਲਕੁਲ ਜੀ, ਬੁੱਲੇ ਸ਼ਾਹ। ਬੁੱਲਾ ਕੀ ਜਾਣਾ ਮੈਂ ਕੌਣ, ਹੈ ਨਾ, ਬੁੱਲੇ ਸ਼ਾਹ ਜੀ। ਲਓ ਜੀ, ਰੱਬ ਦਾ ਕੀ ਤਿਉਣਾ, ਇੱਧਰੋਂ ਪੁੱਟਣਾ ਇੱਧਰੋਂ ਲਾਉਣਾ। ਸੋ ਬੜੇ ਹੀ ਇੱਕ ਸੂਫੀ ਕਾਵਿ ਸੀ, ਬਹੁਤ ਰਚਨਾਵਾਂ ਇਹਨਾਂ ਦੀਆਂ ਪ੍ਰਸਿੱਧ ਹਨ। ਸੋ ਜਿੰਨੇ ਵੀ ਇੰਪੋਰਟੈਂਟ ਨੇ ਆਪਾਂ ਸਾਰਿਆਂ ਬਾਰੇ ਜਾਣਾਂਗੇ। ਤੀਸਰਾ ਕੁਐਸਚਨ ਪੁੱਛਿਆ ਜਾ ਰਿਹਾ, ਹੇਠ ਲਿਖਿਆਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੀ ਰਚਨਾ ਕਿਹੜੀ ਹੈ? ਪੰਜਵੇਂ ਪਾਤਸ਼ਾਹੀ ਦੀ ਪੁੱਛੀ ਹੋਈ ਹੈ ਰਚਨਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਪੂਰੀ ਕਰ ਦਿੰਦੇ ਚਲੋ ਸਤਰ। ਅੱਗੇ ਹੈ ਮੇਰਾ ਮਨ ਲੋਚੈ ਗੁਰੂ ਦਰਸ਼ਨ ਤਾਈਂ, ਜਾਂ ਤਿੰਨੋਂ, ਕਿਹੜੀ ਇਹਨਾਂ ਵਿੱਚੋਂ ਜੋ ਰਚਨਾ ਹੈ ਉਹ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਹੈ? ਤਾਂ ਜਲਦੀ ਇਸਦਾ ਉੱਤਰ ਦੇ ਦਿਓ। ਬਿਲਕੁਲ ਜੀ, ਜਿਹੜੇ ਬੱਚਿਆਂ ਨੇ ਆਪਸ਼ਨ ਡੀ ਲਗਾਈ ਹੈ ਸਹੀ ਹੈ ਜੀ, ਇਹ ਸਾਰੀਆਂ ਹੀ ਜੋ ਹਨ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਹਨ। ਸੋ ਮੈਂ ਫਿਰ ਦੱਸ ਰਿਹਾ ਜੀ, ਜਿਹੜੇ ਬੱਚੇ ਨੋਟਸ ਲੈਣਾ ਚਾਹੁੰਦੇ ਨੇ ਸਾਡੇ ਸਟੱਡੀ ਬਜ਼ਰ ਨੇ, PSTET ਵਾਲਿਆਂ ਦਾ ਮੈਂ ਪਹਿਲਾਂ ਵੀ ਦੱਸ ਦਿੱਤਾ ਸੀ, ਮੈਂ ਦੁਬਾਰਾ ਵੀ ਦੱਸ ਰਿਹਾ, ਜਿਹੜੇ ਬੱਚੇ PSTET ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਨੋਟਸ ਆਲਰੇਡੀ ਤਿਆਰ ਹਨ। ਸੋ ਤੁਸੀਂ ਜਿੰਨਾ ਜਲਦੀ ਹੋ ਸਕਦਾ, ਲਿੰਕ ਵਿੱਚ ਤੁਹਾਨੂੰ ਸਾਰੀ ਡਿਟੇਲ ਮਿਲ ਜਾਵੇਗੀ, ਤੁਸੀਂ ਜੋ ਹੈ ਡਿਸਕ੍ਰਿਪਸ਼ਨ ਵਿੱਚ ਲਿੰਕ 'ਤੇ ਵਿਜ਼ਿਟ ਕਰੋ, ਸਾਡੇ ਨਾਲ ਕੋਂਟੈਕਟ ਕਰੋ, ਤੁਹਾਨੂੰ ਜਸਟ ਵਾਜਿਬ ਦਾਮ 'ਤੇ, ਵਾਜਿਬ ਦਾਮ 'ਤੇ ਅਸੀਂ ਪ੍ਰਾਈਜ਼ ਰੱਖਿਆ ਜੀ 1499। ਸੋ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਵੱਡੀ ਅਮਾਊਂਟ ਹੈ, ਅਤੇ ਉਮੀਦ ਕਰਦਾ ਹਾਂ ਤੁਹਾਨੂੰ ਨੋਟਸ ਵੀ ਬਾ ਕਮਾਲ ਹਨ, ਪਸੰਦ ਵੀ ਆਉਣਗੇ, ਠੀਕ ਹੈ। ਅਤੇ ਜਿਹੜੇ ਬੱਚੇ ETT ਕੈਡਰ ਦੀ ਤਿਆਰੀ ਕਰ ਰਹੇ ਹਨ ਅਜੇ, ਉਹ ਸਾਨੂੰ 1-2 ਦਿਨ ਦਾ ਸਮਾਂ ਦਿਓ, ਕਿਉਂਕਿ ਸਿਲੇਬਸ ਕੱਲ੍ਹ ਹੀ ਆਇਆ ਹੈ। ਸੋ ਸਾਰੇ ਨੋਟਸ ਜੋ ਨੇ ਟਾਈਪ ਕਰਨ ਦੇ ਵਿੱਚ, ਰਿਟਨ ਵਿੱਚ ਤਾਂ ਹਨ, ਹੈਂਡ ਰਿਟਨ ਤਾਂ ਹਨ, ਬਸ ਟਾਈਪ ਕਰਨ ਦੇ ਵਿੱਚ ਸਮਾਂ ਲੱਗਦਾ ਹੈ। ਸੋ 1-2 ਦਿਨ ਦੇ ਵਿੱਚ ਤੁਹਾਨੂੰ ਇਹ ਵੀ ਅਵੇਲੇਬਲ ਹੋ ਜਾਣਗੇ, ਬਹੁਤਾ ਸਮਾਂ ਤੁਹਾਡਾ ਜੋ ਹੈ ਜਾਇਆ ਨਹੀਂ ਹੋਣ ਦਿਆਂਗੇ, ਠੀਕ ਹੈ। ਸੋ ਆਪਾਂ ਫੋਰਥ ਕੁਐਸਚਨ ਡਿਸਕਸ ਕਰ ਰਹੇ ਹਾਂ ਕਿ ਮਿਰਜ਼ਾ ਸਾਹਿਬਾ ਕਿਸ ਕਾਵਿ ਦਾ ਲੇਖਕ ਹੈ? ਮਿਰਜ਼ਾ ਸਾਹਿਬਾ ਕਿਸ ਕਾਵਿ ਦਾ ਲੇਖਕ ਹੈ ਜੀ? ਕਾਦਰ ਯਾਰ, ਹਾਸ਼ਮ ਸ਼ਾਹ, ਫੈਜ਼ਲ ਸ਼ਾਹ ਜਾਂ ਪੀਲੂ, ਕਿਸ ਕਾਵਿ ਦਾ ਲੇਖਕ ਹੈ ਜੀ? ਕਿਹਦੇ ਦੁਆਰਾ ਲਿਖਿਆ ਹੋਇਆ ਜੀ? ਫੋਰਥ ਕੁਐਸਚਨ ਹੈ, ਜਲਦੀ ਆਂਸਰ ਦੇ ਦਿਓ। ਮਿਰਜ਼ਾ ਸਾਹਿਬਾ ਕਿਸ ਕਵੀ ਜਾਂ ਕਾਵਿ ਦਾ ਲੇਖਕ ਹੈ? ਪੀਲੂ ਜੀ, ਬਿਲਕੁਲ, ਬੱਚਿਆਂ ਨੇ ਆਂਸਰ ਲਗਾਇਆ ਹੈ ਪੀਲੂ, ਅਤੇ ਤੁਹਾਡਾ ਰਾਈਟ ਆਂਸਰ ਵੀ ਪੀਲੂ ਹੈ, ਬਹੁਤ ਵਧੀਆ ਜੀ, ਪੀਲੂ। ਚਲੋ ਨੈਕਸਟ ਕਰ ਲਈਏ ਫਿਫਥ ਕੁਐਸਚਨ, ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਦਾ, ਅਤੇ ਸਿੰਘਾਂ ਦਾ ਜੰਗ ਲਈ ਗੁਰਮੱਤਾ, ਸਿੰਘਾਂ ਦੀ ਚੜ੍ਹਤ, ਜੰਗ ਦਾ ਹਾਲ, ਇਹ ਸਾਰੀਆਂ ਰਚਨਾਵਾਂ ਕੀ ਹਨ? ਕੀ ਇਹ ਕਿੱਸਾ ਹਨ, ਗੁਰਮਤ ਹਨ, ਬੀਰ ਕਾਵਿ ਹੈ ਜਾਂ ਸੂਫੀ ਕਾਵਿ ਹੈ? ਕੁਐਸਚਨ ਬਾ ਕਮਾਲ ਹੈ ਜੀ, ਅਤੇ ਲਾਜਵਾਬ ਹੈ।
सिलेबस दे विच बड़ा सोहने तरीके नाल तुहानू दस्या होया है कि तुसी गुरमत काव करना है, उस तो बाद तीन तुसी गुरु करने हैं, गुरु नानक देव जी, गुरु अंगद देव जी, गुरु अर्जन देव जी, है ना। बड़ा सोहना सोहना दिता होया पैटर्न, उस तो बाद सूफी काव दिता होया, बीर काव दिता है, किस्सा काव दिता है। सो ये भी क्वेश्चन बन सकता है तुहाडे कोलों, कविता पूछ सकते ने किस काव दी है, ठीक है जी। सो घबराना नहीं है, एक चंगे तरीके नाल तैयार कीती हुई है जी एक एक गल। सो आंसर दे दो जल्दी जल्दी इसका भी किस चीज़ की यह केड़ा काव है जी, किस्सा, गुरमत, बीर या सूफी काव है, केड़ा है जी ये? बिल्कुल बीर काव है। इस विच किस चीज़ का उत्साह दीयां गल्लां कीतियां हुईयां ने, बीर दा अर्थ की हुंदा उत्साह भरपूर जिहड़ियां कवितावां होण, सूरवीरता वालियां होण, योध्यां दीयां गल्लां कीतियां होण, उह हुंदा जी बीर काव। चलो अगला देख लिए क्वेश्चन सिक्स, कादर यार द्वारा लिखिया होया किस्सा काव है। हाँ जी, कादर यार दा एक बड़ा ही अहम क्वेश्चन बन सकता है क्योंकि उन्होंने बड़ी सोहनी लिखत दिती सी, उस लिखत दा नाम की सी, हीर रांझा, किस्सा सस्सी पुन्नू दा, सोहनी महीवाल दा, या किस्सा पूर्ण भगत दा। पूर्ण भगत आएगा, माफ़ करना अधूरा लिखे हुआ, आप पूरा कर दें, पूरन भगत। लो जी पूरन भगत, हुण दिओ जवाब इसका जल्दी जल्दी, किहड़ा राइट ऑप्शन बनेगी। हाँ जी, कादर यार द्वारा लिखिया होया किस्सा काव, हाँ जी बिल्कुल, किस्सा पूर्ण भगत दा। किस दा किस्सा सी इन्हां दा? पूर्ण भगत दा, बिल्कुल जी, तुहाडा सही उत्तर है। चलो अगला देख लिए क्वेश्चन अपना सैवंत, गुरमत काव हेठ किस गुरु दियां रचनावां दर्ज नहीं हन। गुरमत काव हेठ किस गुरु दियां रचनावां दर्ज नहीं हन? भाई गुरदास जी दियां, गुरु नानक देव जी, गुरु गोबिंद सिंह जी, या गुरु अमरदास जी? क्वेश्चन ध्यान नाल पढ़ लो, मैं फिर कह रहा क्वेश्चन ध्यान नाल पढ़ लियो, इन्होंने पूछा नहीं हन किस विच? गुरमत काव दे विच। गुरमत काव, आप मैं सिलेबस की गल नहीं कर रहा, बुक की गल कर रहा, बुक दे विच केड़ी जो है गुरमत काव विच पाई, किस दी रचना जो है दर्ज नहीं है गुरमत काव दे विच? भाई गुरदास जी दे विच, या सॉरी भाई गुरदास जी दी, गुरु नानक देव जी दी, गुरु गोबिंद सिंह जी दी, या अमरदास जी दी? किन्ना दी गुरमत काव विच नहीं पढ़ी जाती रचना? हाँ जी, बड़ा ही सौखा जहा क्वेश्चन है, बिल्कुल गुरु गोबिंद सिंह जी। जेड़े बच्चों ने गुरु गोबिंद सिंह जी लगाया है वो सही है। मैं रीज़न दसदा, रीज़न दस दिना, क्योंकि इन्हों दियाँ गुरु ग्रंथ साहिब विच नहीं, इन्हों का एक अलग तो ग्रंथ है दशम ग्रंथ, उस विच रचनावां हन दशम ग्रंथ दे विच। ते भाई गुरदास जी दियाँ क्यों नहीं हन? इन्हों दियाँ वारां मशहूर हन, वारां बहुत मशहूर हन, ठीक है। तो क्वेश्चन आ जाता गुरबाणी की कुंजी किनू कहा गया है? वह भी तो भाई गुरदास जी की वारा कहा गया है, ठीक है, ध्यान रखियो, भाई गुरदास जी की वारा गुरबाणी की कुंजी कहा गया है। बड़ा ही सोहना क्वेश्चन बन के आता इतने भी। चलो योजना छोटी छोटिया जो चीज़ा ने इस रिलेटिड ने, वो तो मैं नाल एम सी क्यूज भी दसदा रहाँगा, ठीक है। लो जी, बड़ा ही सोहना एक शब्द भी लिखा है, मिठ बोलड़ा जी हर सज्जन स्वामी मोरा, बहुत सोहनी पंक्ति है। सो ये रचना किस दी है? छोटा जा क्वेश्चन पूछ लिया गया कि ये गुरु अर्जन देव जी दी है, गुरु अमरदास जी दी, गुरु नानक देव जी दी, या भाई गुरदास जी दी? मिठ बोलड़ा जी हर सज्जन स्वामी मोरा, जल्दी जल्दी उत्तर दे दो इसका, किस दी रचना है? हाँ जी, सौखा जहा क्वेश्चन है, मिठ बोलड़ा सज्जन स्वामी मोरा, हाँ जी गुरु अर्जन देव जी, पंजवें पातशाही की ये रचना है, तो बड़ी ही लाजवाब रचना है, ठीक है, गुरु अर्जन देव जी सही उत्तर है। चलो नेक्स्ट क्वेश्चन देखिए, हेठ लिखियां विच्चों केड़ी रचना भाई गुरदास जी की नहीं है? भाई गुरदास जी की नहीं है, ए शरीरा मेरिया अकिरत कण, आप भला सब जग भला, सतगुरु नानक प्रगटिया, केड़ी इन्हां विच्चों भाई गुरदास जी दी नहीं है? क्वेश्चन की पूछा है, नहीं है, अगेन, ठीक है। सो की है जी इसका राइट आंसर, जल्दी लगा दिओ, केड़ी भाई गुरदास जी दी रचना नहीं है? बिल्कुल जी, ए शरीरा मेरिया, इस रचना नूं छड्ड के बाकी सारियां किस दियां हन? भाई गुरदास जी दियां, है ना। ये वाली लाइन तो तुसीं सारयां ने सुनी होगी, काफ़ी बुक्स में भी आप पढ़ने मिल जाती ने, सतगुरु नानक प्रगटिया, मिट्टी दुन जग चानन होया, जोकर सूरज निकलिया, तारे छी पंधेरा पलोआ। सो इस तरह दियाँ सत्रां बहुत सोहनिया सोहनिया भाई गुरदास जी द्वारा दित्तियां गई हैं। सो नैक्सट क्वेश्चन अपना टेंथ, सब कुछ मेरा तू साई जिन्ना दे वल आप नू पछाण, इहो जिहियां रचनावां किस
ਕਾਵਿ ਕਵੀ ਦੀਆਂ ਹਨ? ਸੇਖਫਰੀ ਜੀ ਦੀਆਂ, ਬੁੱਲੇ ਸ਼ਾਹ, ਸ਼ਾਹ ਹੁਸੈਨ ਜਾਂ ਉਪਰੁਕਤ ਵਿੱਚੋਂ ਕੋਈ ਨਹੀਂ? ਉਪਰੁਕਤ ਵਿੱਚੋਂ ਕੋਈ ਨਹੀਂ। ਹਾਂਜੀ, 17 ਪੁੱਛੀਆਂ ਨੇ, ਬੜਾ ਹੀ ਸੋਹਣਾ ਹੈ ਜੀ, ਲਾਜਵਾਬ ਹੈ। ਠੀਕ ਹੈ, ਕੁਐਸਚਨ ਬੜਾ ਹੀ ਲਾਜਵਾਬ ਹੈ। ਸੋ ਇਹੋ ਜਿਹੇ ਹੋਰ ਵਧੇਰੇ MCQs ਦੇਖਣੇ ਹਨ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰਾਜੇ। ਠੀਕ ਹੈ, ਜਿਹੜੇ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਹਨ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਵੀ ਦਬਾ ਦਿਓ। ਠੀਕ ਹੈ, ਅਤੇ ਜਿੰਨੇ ਤੁਹਾਡੇ ਫਰੈਂਡਸ ਹਨ, ਰਿਲੇਟਿਵਸ ਹਨ, ਉਹਨਾਂ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰ ਦਿਓ। ਅਤੇ ਕੁਐਸਚਨ ਦਾ ਅਗਰ ਤੁਹਾਨੂੰ ਲੈਵਲ ਪਸੰਦ ਆ ਰਿਹਾ ਹੈ, ਤੁਹਾਨੂੰ ਲੱਗ ਰਿਹਾ ਹੈ ਕਿ ਅਸੀਂ ਕੁਛ ਨਵਾਂ ਸਿੱਖ ਰਹੇ ਹਾਂ, ਤਾਂ ਬਹੁਤ ਸਾਰਿਆਂ ਦੀ ਮਿਹਨਤ ਹੈ ਜੀ ਇਸ ਕੁਐਸਚਨ ਦੀ। ਕੋਈ ਇੱਕ ਜਣੇ ਨੇ, ਮੈਂ ਇਕੱਲੇ ਨੇ ਤਿਆਰ ਨਹੀਂ ਕੀਤੇ, ਬਹੁਤ ਮੈਂ ਸਾਰੀ ਟੀਮ ਨੂੰ ਹੀ ਇਸ ਦਾ ਕ੍ਰੈਡਿਟ ਦੇਣਾ ਚਾਹਾਂਗਾ। ਅਤੇ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਵੀ ਆ ਰਹੇ ਹੋਣਗੇ। ਤਾਂ ਇੱਕ ਛੋਟਾ ਜਿਹਾ ਲਾਈਕ ਜ਼ਰੂਰ ਕਰ ਦਿਓ। ਠੀਕ ਹੈ, ਇਹ ਲਾਈਕ ਹੀ ਤੁਹਾਡੇ ਜੋ ਹਨ ਸਾਡਾ ਹੌਸਲਾ ਹੁੰਦੇ ਹਨ, ਸਾਡਾ ਉਹ ਮੋਟੀਵੇਸ਼ਨ ਦਾ ਸੋਰਸ ਹੈ, ਤਾਂ ਕਿ ਤੁਹਾਨੂੰ ਹਰ ਵਾਰ ਕੁਛ ਨਵਾਂ ਜੋ ਹੈ ਦੇਖਣ ਨੂੰ ਮਿਲੇ। ਅਸੀਂ ਹਰ ਵਾਰ ਕੁਛ ਨਾ ਕੁਛ ਨਵਾਂ ਕਰਦੇ ਵੀ ਰਹਾਂਗੇ। ਠੀਕ ਹੈ ਜੀ, ਸੋ ਇਸਦਾ ਜਲਦੀ ਉੱਤਰ ਦੇ ਦਿਓ। ਉਮੀਦ ਕਰਦਾ ਹਾਂ ਤੁਸੀਂ ਉੱਤਰ ਦੇ ਦਿੱਤਾ ਹੋਏਗਾ। 10th ਦਾ ਰਾਈਟ ਆਂਸਰ ਹੈ ਸ਼ਾਹ ਹੁਸੈਨ। ਠੀਕ ਹੈ ਜੀ, ਇਸਦਾ ਬਿਲਕੁਲ ਸਾਰਿਆਂ ਨੇ ਸਹੀ ਉੱਤਰ ਦਿੱਤਾ। ਬੱਚੇ ਕਹਿ ਰਹੇ ਨੇ ਕਿ 10th ਹੈ ਜੀ ਇਸਦਾ ਸਹੀ ਉੱਤਰ, ਅਤੇ ਮੈਂ ਸ਼ਾਹ ਹੁਸੈਨ ਜੀ ਨੂੰ ਟਿਕ ਕਰ ਰਿਹਾ, ਅਤੇ ਤੁਹਾਡਾ ਸਹੀ ਉੱਤਰ ਹੈ ਸੀ ਓਪਸ਼ਨ, ਸ਼ਾਹ ਹੁਸੈਨ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਬੱਚੇ ਮੈਂ ਦੇਖ ਰਿਹਾ ਹਾਂ ਕਿ ਆਂਸਰ ਆਲਮੋਸਟ ਸਾਰੇ ਹੀ ਬੱਚਿਆਂ ਦੇ ਸਹੀ ਆ ਰਹੇ ਹਨ, ਸੋ ਵਧੀਆ ਗੱਲ ਹੈ ਇੱਕ। ਸੋ 11th ਕੁਐਸਚਨ ਹੈ, ਰਚਨਾ ਚੰਡੀ ਦੀ ਵਾਰ ਕਿਸ ਕਾਵਿ ਅਧੀਨ ਦਰਜ ਕੀਤੀ ਗਈ ਹੈ? ਚੰਡੀ ਦੀ ਵਾਰ ਜੋ ਕਾਵਿ ਹੈ, ਕਿਸ ਕਾਵਿ ਦੇ ਅਧੀਨ ਦਰਜ ਕੀਤੀ ਗਈ ਹੈ? ਕੀ ਇਹ ਸੂਫੀ ਦੇ ਅਧੀਨ ਹੈ, ਕਿੱਸਾ ਹੈ, ਗੁਰਮਤ ਕਾਵਿ ਹੈ, ਬੀਰ ਕਾਵਿ? ਇੱਕ ਹੋਰ ਕੁਐਸਚਨ ਹੈ, ਕਾਵਿ ਰੂਪ ਪੁੱਛਿਆ ਗਿਆ, ਕਾਵਿ ਰੂਪ ਪੁੱਛਿਆ ਗਿਆ। ਅਤੇ ਮੈਂ ਉਮੀਦ ਕਰਦਾ ਕੁਐਸਚਨ ਵੀ ਇੱਕ ਲੈਵਲ ਅੱਛੇ ਲੈਵਲ ਦਾ ਹੈ ਰਾਜੇ। ਅਗਰ ਪੇਪਰ ਵਿੱਚ ਇਸ ਲੈਵਲ ਦੇ ਕੁਐਸਚਨ ਆਉਂਦੇ ਹਨ ਨਾ, ਤਾਂ ਬਹੁਤ ਵਧੀਆ ਗੱਲ ਹੈ। ਠੀਕ ਹੈ, ਤੁਸੀਂ ਸਾਰੀਆਂ ਰਚਨਾਵਾਂ ਇੱਕ ਵਾਰ ਜ਼ਰੂਰ ਪੜ੍ਹ ਲਿਓ, ਤਾਂ ਕਿ ਇਹੋ ਜਿਹਾ ਕੁਐਸਚਨ ਅਗਰ ਪੇਪਰ ਵਿੱਚ ਮਿਲ ਜਾਵੇ ਤੁਹਾਨੂੰ ਦੇਖਣ ਨੂੰ, ਤਾਂ ਸ਼ਾਇਦ ਤੁਸੀਂ ਮਿਸ ਨਹੀਂ ਕਰੋਗੇ। ਇੱਕ ਚੰਗੇ ਤਰੀਕੇ ਨਾਲ ਇਸ ਨੂੰ ਹੱਲ ਕਰਕੇ ਆਇਓ, ਅਤੇ ਇੱਕ ਨੰਬਰ ਜ਼ਰੂਰ ਤੁਹਾਡਾ ਪੱਕਾ ਹੈ ਜੀ। ਰਚਨਾ ਚੰਡੀ ਦੀ ਵਾਰ ਦਾ ਕਾਵਿ ਰੂਪ ਪੁੱਛਿਆ ਵੀ ਉਹ ਸੂਫੀ ਹੈ, ਕਿੱਸਾ ਹੈ, ਗੁਰਮਤ ਹੈ ਜਾਂ ਬੀਰ ਹੈ? ਅਤੇ ਮੈਂ ਪਹਿਲਾਂ ਵੀ ਕਿਹਾ ਸੀ, ਜਿਸ ਵਿੱਚ ਯੋਧਿਆਂ ਦੀ ਗੱਲ ਕੀਤੀ ਹੋਵੇ, ਉਤਸ਼ਾਹ ਵਿਖਾਇਆ ਹੋਵੇ, ਅਤੇ ਚੰਡੀ ਦੀ ਵਾਰ 'ਚ ਉਤਸ਼ਾਹ ਤਾਂ ਵਿਖਾਇਆ ਹੋਇਆ, ਅਤੇ ਕਿਹੜਾ ਕਾਵਿ ਬਣ ਜਾਂਦਾ ਹੈ? ਬੀਰ ਕਾਵਿ, ਸੂਰਮਿਆਂ ਦੀ ਗੱਲ ਕੀਤੀ ਹੋਈ ਹੈ। ਚਲੋ 12th ਕੁਐਸਚਨ ਦੇਖ ਲਈਏ, ਕਿੱਸਾ ਸੋਹਣੀ ਮਹੀਵਾਲ ਕਿਸ ਲੇਖਕ ਦੀ ਰਚਨਾ ਹੈ? ਸੋਹਣੀ ਮਹੀਵਾਲ ਤਾਂ ਆਈ ਥਿੰਕ ਕੋਈ ਸ਼ਾਇਦ ਹੀ ਬੱਚਾ ਹੋਵੇ ਜਿਹੜਾ ਇਸ ਵੀਡੀਓ ਨੂੰ ਦੇਖ ਰਿਹਾ ਹੈ, ਅਤੇ ਉਹ ਸੋਹਣੀ ਮਹੀਵਾਲ ਦਾ ਕਿੱਸਾ ਨਾ ਜਾਣਦਾ ਹੋਵੇ। ਸੋ ਕੀ ਇਹ ਹਾਸ਼ਮ ਸ਼ਾਹ ਦੀ ਰਚਨਾ ਹੈ, ਹਾਫਿਜ਼ ਬਰਖੁਦਾਰ ਦੀ, ਫੈਜ਼ਲ ਸ਼ਾਹ ਦੀ ਜਾਂ ਦਮੋਦਰ ਦੀ? ਇਹੋ ਜਿਹੇ ਕੁਝ ਤੁਹਾਨੂੰ ਦਮੋਦਰ ਮਾਫ਼ ਕਰਨਾ, ਹਾਸ਼ਮ ਸ਼ਾਹ, ਅਤੇ ਇਹੋ ਜਿਹੇ ਤੁਹਾਨੂੰ ਕਿੱਸਾ ਕਾਵਿ ਵਿੱਚ ਵੀ ਸਿਲੇਬਸ ਵਿੱਚ ਵੀ ਮੈਂਸ਼ਨਡ ਹਨ। ਸੋ ਆਪਾਂ ਉਹਨਾਂ ਸਾਰਿਆਂ ਬਾਰੇ ਕੁਝ ਜ਼ਿਆਦਾ ਡੀਪ ਵਿੱਚ ਨਹੀਂ ਜਾਵਾਂਗੇ, ਕੋਈ ਮਾਸਟਰ ਕੈਡਰ ਦੀ ਆਪਾਂ ਤਿਆਰੀ ਨਹੀਂ ਕਰ ਰਹੇ, ਆਪਾਂ ਜਸਟ ਕਿਸ ਦੀ ਕਰਾਂਗੇ, ATT ਦੀ। ਠੀਕ ਹੈ, ਸੋ ਭਾਵੇਂ ਆਪਾਂ ਗਿੱਦੜ ਦਾ ਸ਼ਿਕਾਰ ਕਰਨ ਚੱਲੇ ਹਾਂ, ਪਰ ਸ਼ੇਰ ਦਾ ਸਮਾਨ ਲੈ ਕੇ ਚੱਲਾਂਗੇ, ਤੁਸੀਂ ਫਿਕਰ ਨਾ ਕਰੋ। ਤੁਹਾਨੂੰ ਇੰਜ ਨਹੀਂ ਮੈਂ ਕਹਾਂਗਾ ਕਿ ਮੈਂ ਜਸਟ ਉੱਤੋਂ ਹੀ ਕਰਵਾ ਰਿਹਾ, ਤੁਹਾਨੂੰ ਇੱਕ ਅੱਛੇ ਲੈਵਲ ਦੀ ਤਿਆਰੀ ਕਰਾਵਾਂਗਾ, ਉਸ ਤੋਂ ਆਈ ਥਿੰਕ ਸ਼ਾਇਦ ਹੀ ਬਾਹਰ ਕੋਈ ਆਵੇ, ਅਤੇ ਆਉਣ ਦਾ ਕੋਈ ਚਾਂਸ ਵੀ ਨਹੀਂ। ਠੀਕ ਹੈ, ਜਿੰਨਾ ਕਰਵਾਇਆ ਜਾਏਗਾ ਜਸਟ ਤੁਸੀਂ ਇੰਨਾ ਕਰ ਲਓ, ਤਿਆਰੀ ਕਰੋ, ਨੋਟਸ ਤੁਹਾਨੂੰ ਮਿਲ ਜਾਣਗੇ, ਤੁਸੀਂ ਨੋਟਸ ਪੜ੍ਹੋ ਅਤੇ MCQs ਲਗਾਓ, ਇਨਫ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਮੈਂ ਕੋਈ ਬੁੱਕ ਦਾ ਜੋ ਹੈ ਤੁਹਾਨੂੰ ਧੱਕੇ ਨਾਲ ਜੋ ਹੈ ਮੈਂ ਸੁਜੈਸਟ ਨਹੀਂ ਕਰਾਂਗਾ ਕਿ ਇਸ ਬੁੱਕ ਨੂੰ ਤੁਹਾਨੂੰ ਪੜ੍ਹਨਾ ਹੀ ਪਏਗਾ। ਠੀਕ ਹੈ, ਤੁਸੀਂ ਬਸ ਕਰਵਾਇਆ ਹੋਇਆ ਇਹਨੂੰ ਇੱਕ ਵਾਰ ਰਿਵੀਜ਼ਨ ਜ਼ਰੂਰ ਕਰ ਲਿਓ, ਇਸ ਤੋਂ ਬਾਹਰ ਕੁਛ ਨਹੀਂ ਆਏਗਾ। ਸੋ ਜਲਦੀ ਜਲਦੀ ਇਸਦਾ ਉੱਤਰ ਦੇ ਦਿਓ ਵੀ ਕੀ ਉੱਤਰ ਹੋਏਗਾ ਇਸਦਾ ਸਹੀ। ਸੋਹਣੀ ਮਹੀਵਾਲ ਕਿਸ ਲੇਖਕ ਦੀ ਰਚਨਾ ਹੈ? ਫੈਜ਼ਲ ਸ਼ਾਹ ਦੀ। ਬਿਲਕੁਲ ਸੀ ਓਪਸ਼ਨ ਤੁਹਾਡੀ ਸਹੀ ਹੈ, ਫੈਜ਼ਲ ਸ਼ਾਹ। ਦੇਖ ਲਈਏ ਅਗਲਾ ਕੁਐਸਚਨ, ਕਿਸ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ? ਕਿਆ ਬਾਤ ਹੈ ਜੀ, ਲਓ ਜੀ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ, ਕੁਐਸਚਨ ਇੰਪੋਰਟੈਂਟ ਨਿਕਲ ਕੇ ਆਉਂਦਾ ਇੱਥੋਂ, ਅਤੇ ਤੁਹਾਡੇ ਸਾਹਮਣੇ ਬਣ ਕੇ ਆ ਵੀ ਗਿਆ, ਅਤੇ ਕੁਐਸਚਨ ਇਗਜ਼ਾਮ ਵਿੱਚ ਵੀ ਆਇਆ ਸੀ। ਮੈਂ ਇੰਝ ਹੀ ਨਹੀਂ ਕਹਿੰਦਾ ਕੋਈ ਦਾਅਵੇ ਨਾਲ, ਮੈਂ ਪਰੂਫ ਰੱਖਦਾ ਹਾਂ ਨਾਲ। ਠੀਕ ਹੈ, ਇਹ ਕੁਐਸਚਨ ਇਗਜ਼ਾਮ ਦੇ ਵਿੱਚ ਆਲਰੇਡੀ ਪੁੱਛਿਆ ਜਾ ਚੁੱਕਿਆ ਹੈ ਕਿ ਕਿਸ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ, ਤਾਂ ਕਿਹੜਾ ਮੈਂ ਦੱਸਿਆ ਸੀ ਇਸ ਵਿੱਚੋਂ ਰਾਈਟ ਆਂਸਰ? ਬਿਲਕੁਲ ਜੀ, ਬਿਲਕੁਲ ਸੌਖਾ ਕੁਐਸਚਨ ਹੈ। ਸੋ ਕਿਸ ਨੂੰ ਕੁੰਜੀ ਕਿਹਾ ਗਿਆ ਹੈ ਗੁਰਬਾਣੀ ਦੀ? ਬਿਲਕੁਲ ਭਾਈ ਗੁਰਦਾਸ ਜੀ ਦੀ। ਮੈਂ ਹੁਣੇ ਹੀ ਦੱਸਿਆ ਸੀ, ਰੀਸੈਂਟ ਭਾਈ ਗੁਰਦਾਸ ਜੀ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੀ ਕੁੰਜੀ। ਚਲੋ ਅਗਲਾ ਕੁਐਸਚਨ ਦੇਖ ਲੈਂਦੇ ਹਾਂ, ਜ਼ਫਰਨਾਮਾ ਇਕਾਂਗੀ ਦਾ ਲੇਖਕ ਹੈ? ਹਾਂਜੀ, ਇਕਾਂਗੀ ਦਾ ਲੇਖਕ ਕੌਣ ਹੈ? ਗੁਰੂ ਗੋਬਿੰਦ ਸਿੰਘ ਜੀ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ ਜਾਂ ਡਾਕਟਰ ਹਰਚਰਨ ਸਿੰਘ?
ਤੁਹਾਨੂੰ ਇੱਕ ਵਾਰ ਜੋ ਹੈ ਬੱਚਿਓ ਰਾਈਟਰਸ ਜ਼ਰੂਰ ਪੜ੍ਹਨੇ ਪੈਣਗੇ, ਉਹ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਨੋਟਸ ਦੇ ਵਿੱਚ ਤੁਹਾਨੂੰ ਜਿੰਨਾ ਪ੍ਰੋਵਾਈਡ ਕੀਤਾ ਜਾਵੇਗਾ ਜਸਟ ਉਨੇ ਹੀ ਰਾਈਟਰਸ ਪੜ੍ਹ ਲਿਓ, ਇੰਪੋਰਟੈਂਟ ਹਨ। ਤੁਸੀਂ ਕਿਤੇ ਸਾਰੀਆਂ ਬੁੱਕਸ ਚੱਕ ਕੇ ਪੜ੍ਹਨ ਲੱਗ ਜਾਓ, ਠੀਕ ਹੈ, ਜ਼ਰੂਰੀ ਨਹੀਂ ਕਿ ਤੁਸੀਂ ਸਾਰੀਆਂ ਬੁੱਕਸ ਹੀ ਪੜ੍ਹੋ ਅਤੇ ਤੁਹਾਨੂੰ ਸਾਰਾ ਕੁਝ ਯਾਦ ਵੀ ਰਹਿ ਜੇ। ਤਾਂ ਜ਼ਰੂਰੀ ਆਪਾਂ ਇੰਨਾ ਮਟੀਰੀਅਲ ਇਕੱਠਾ ਕਰਕੇ ਯਾਦ ਰੱਖਣ ਦੀ ਲੋੜ ਹੈ, ਆਪਾਂ ਜਸਟ ਉਨਾ ਹੀ ਕਰਦੇ ਹਾਂ ਜਿੰਨਾ ਆਪਾਂ ਨੂੰ ਕਿਹਾ ਗਿਆ, ਠੀਕ ਹੈ। ਅਗਰ ਉਸ ਰਿਲੇਟਡ ਕੁਝ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਤਾਂ ਆਪਾਂ ਉਹ ਕਰ ਲਵਾਂਗੇ, ਉਹ ਤੁਹਾਨੂੰ ਨੋਟਸ ਦੇ ਵਿੱਚ ਮੈਂ ਆਲਰੇਡੀ ਪ੍ਰੋਵਾਈਡ ਕਰ ਦਿਆਂਗਾ, ਤੁਹਾਨੂੰ ਕੋਈ ਹੋਰ ਐਕਸਟਰਾ ਮਿਹਨਤ ਕਰਨ ਦੀ ਲੋੜ ਨਹੀਂ, ਠੀਕ ਹੈ। ਅਗਰ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰਨ ਜਾਂਦੇ ਹੋ, ਯੂਸੀ ਨੈੱਟ ਵਗੈਰਾ ਦੀ ਤਿਆਰੀ ਕਰਨ ਜਾਂਦੇ ਹੋ, ਫਿਰ ਮੈਂ ਤੁਹਾਨੂੰ ਕਹਾਂਗਾ ਕਿ ਵੀ ਤੁਹਾਨੂੰ ਪੜ੍ਹਨ ਦੀ ਲੋੜ ਹੈ। ਪਰ ਆਪਾਂ ਤਿਆਰੀ ਜਿਸ ਲੈਵਲ ਦੀ ਕਰਨੀ ਹੈ ਤਾਂ ਆਪਾਂ ਜੋ ਸਬਜੈਕਟ ਹੈ ਉਸਦੀ ਗਹਿਰਾਈ ਨੂੰ ਦੇਖਦੇ ਹੋਏ ਉਨਾ ਹੀ ਕਰਾਂਗੇ, ਠੀਕ ਹੈ। ਆਪਾਂ ਨੂੰ ਜ਼ਿਆਦਾ ਮੈਂ ਤੁਹਾਨੂੰ ਨਹੀਂ ਕਹਾਂਗਾ ਕਿ ਤੁਸੀਂ ਕਿਤੇ ਪਲੱਸ ਟੂ ਦੀਆਂ 8ਵੀਂ 9ਵੀਂ 10ਵੀਂ ਸਾਰਿਆਂ ਦੀ ਬੁੱਕਸ ਦੇ ਮੈਂ ਕਹਾਂ ਕਿ ਰਾਈਟਰ ਤੁਹਾਨੂੰ ਸਾਰੇ ਹੀ ਯਾਦ ਕਰਨੇ ਪੈਣਗੇ, ਠੀਕ ਹੈ ਜੀ। ਸੋ ਰੀਸੈਂਟ ਜੋ ਇਗਜ਼ਾਮ ਹੋਏ ਨੇ ਉਹਨਾਂ ਨੂੰ ਐਨਾਲਾਈਜ਼ ਕਰੋ, ਉੱਥੋਂ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਚਲੋ ਜ਼ਫਰਨਾਮਾ ਇਕਾਂਗੀ ਦਾ ਲੇਖਕ ਦੱਸ ਦਿਓ ਵੀ ਨਾਲ ਨਾਲ ਕੌਣ ਹੈ। ਡਾਕਟਰ ਹਰਚਰਨ ਸਿੰਘ, ਬਿਲਕੁਲ ਜੀ, ਸ਼ਾਬਾਸ਼। ਸਾਰੇ ਹੀ ਬੱਚਿਆਂ ਨੇ ਉੱਤਰ ਦੇਤਾ ਅਤੇ ਆਲਮੋਸਟ ਸਾਰੇ ਬੱਚਿਆਂ ਦਾ ਸਹੀ ਵੀ ਹੈ, ਡੀ ਉੱਤਰ ਬਿਲਕੁਲ ਸਹੀ ਹੈ, ਡਾਕਟਰ ਹਰਚਰਨ ਸਿੰਘ। ਚਲੋ ਲਾਸਟ ਕੁਐਸਚਨ ਦੇਖ ਲੈਂਦੇ ਹਾਂ ਅੱਜ ਦੀ ਵੀਡੀਓ ਦਾ ਜੀ। ਬਾਬਾ ਫਰੀਦ ਜੀ ਦਾ ਰਚਨਾ ਕਾਲ ਕੀ ਹੈ? ਲਓ ਜੀ, ਉਹਨਾਂ ਦਾ ਜਨਮ ਜਦੋਂ ਹੋਇਆ ਸੀ ਉਹ ਵਾਲਾ ਸਮਾਂ ਪੁੱਛਿਆ ਗਿਆ ਵੀ ਕਿਹੜੀ ਸਦੀ ਵਿੱਚ ਹੋਇਆ ਬਾਬਾ ਫਰੀਦ ਜੀ ਦਾ ਜਨਮ ਜਾਂ ਉਹਨਾਂ ਦਾ ਰਚਨਾ ਕਾਲ। 11ਵੀਂ 12ਵੀਂ ਜ਼ਿਆਦਾਤਰ ਇਗਜ਼ਾਮ ਦੇ ਵਿੱਚ ਇਹੀ ਦੇਖਣ ਨੂੰ ਮਿਲਦਾ ਹੈ, 12ਵੀਂ 13ਵੀਂ ਦੇਖਣ ਨੂੰ ਮਿਲਦਾ ਹੈ, 9ਵੀਂ 10ਵੀਂ ਜਾਂ 10ਵੀਂ 11ਵੀਂ, ਕਿਹੜੀ ਸਦੀ ਸੀ ਜੀ? ਹਾਂਜੀ ਹਾਂਜੀ, ਬਿਲਕੁਲ ਰਾਈਟ ਆਂਸਰ ਹੈ ਜੀ, 12ਵੀਂ 13ਵੀਂ ਸਦੀ, ਠੀਕ ਹੈ। ਇਹਨਾਂ ਦਾ ਜੋ ਦੌਰ ਚੱਲਿਆ ਸੀ 12ਵੀਂ 13ਵੀਂ ਸਦੀ ਦੇ ਵਿੱਚ ਇਹਨਾਂ ਨੇ ਆਪਣੀਆਂ ਰਚਨਾਵਾਂ ਦਿੱਤੀਆਂ ਸੀ। ਸੋ ਅੱਜ ਦੇ ਰਾਜੇ MCQ ਸਾਨੂੰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਵੀਡੀਓ ਨੂੰ ਅੱਜ ਇੱਥੇ ਹੀ ਸਮਾਪਤੀ ਦਿੰਦੇ ਹਾਂ। ਅਤੇ ਮੈਂ ਇੱਕ ਵਾਰ ਫਿਰ ਤੋਂ ਕਹਿ ਰਿਹਾ ਹਾਂ, ਜਿਹੜੇ ਬੱਚੇ ਸਾਡੀ ਵੀਡੀਓ 'ਤੇ ਨਵੇਂ ਅੱਜ ਆਏ ਹਨ, ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਹਨ, ਚੈਨਲ 'ਤੇ ਪਹਿਲੀ ਵਾਰ ਆਏ ਹਨ, ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਜ਼ਰੂਰ ਦਬਾ ਦਿਓ, ਕਿਉਂਕਿ ਸਾਡੇ ਚੈਨਲ 'ਤੇ ਨਾ ਸਿਰਫ ਤੁਹਾਨੂੰ ਪੰਜਾਬੀ ਬਲਕਿ ਹਰ ਵਿਸ਼ੇ ਦੀ ਤਿਆਰੀ ਕਰਵਾਈ ਜਾਏਗੀ, ਠੀਕ ਹੈ। ਜੋ ਸਾਨੂੰ ਵੇਟ ਸੀ ਇੰਨੇ ਸਮੇਂ ਤੋਂ ਉਹ ਸਿਰਫ ਸਿਲੇਬਸ ਦੀ ਸੀ, ਕਿਉਂਕਿ ਸਟੱਡੀ ਬਜ਼ਰ ਅੱਜ ਤੱਕ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਾ ਤਾਂ ਯਕੀਨ ਕਰਦਾ ਆਇਆ ਹੈ ਅਤੇ ਨਾ ਹੀ ਕਰੇਗਾ, ਅਤੇ ਨਾ ਹੀ ਤੁਹਾਨੂੰ ਰਿਕਮੈਂਡ ਕਰਾਂਗੇ ਕਿ ਤੁਸੀਂ ਕੋਈ ਵੀ ਗੱਲ ਨੂੰ ਜੋ ਹੈ ਸੱਚ ਮੰਨ ਕੇ ਉਸ 'ਤੇ ਯਕੀਨ ਕਰ ਲਓ। ਹੁਣ ਓਫੀਸ਼ੀਅਲੀ ਸਿਲੇਬਸ ਲਾਂਚ ਹੋ ਚੁੱਕਿਆ ਅਤੇ ਤਿਆਰੀ ਜੋ ਹੈ ਰਾਜੇ ਸ਼ੁਰੂ ਕਰ ਦਿਓ, ਹੁਣ ਘਰੇ ਬੈਠਣ ਦਾ ਸਮਾਂ ਨਹੀਂ ਹੈ, ਠੀਕ ਹੈ। ਤੁਹਾਡੇ ਲਈ ਜੋ ਨੋਟਸ ਹਨ ਅਸੀਂ ਤਿਆਰ ਕਰ ਰਹੇ ਹਾਂ, ਸਾਨੂੰ 1-2 ਦਿਨ ਦਾ ਸਮਾਂ ਦਿਓ ਅਤੇ ਤੁਹਾਨੂੰ ਓਫੀਸ਼ੀਅਲੀ ਜੋ ਹੈ ਸਾਡੇ ਚੈਨਲ 'ਤੇ ਮੈਂ ਜੋ ਨੈਕਸਟ ਵੀਡੀਓ ਲੈ ਕੇ ਆਵਾਂਗਾ ਤਾਂ ਤੁਹਾਨੂੰ ਉੱਥੇ ਅਨਾਊਂਸ ਕਰ ਦਿੱਤਾ ਜਾਏਗਾ। ਤੁਹਾਨੂੰ ਜੋ ਬਾਕੀ ਜ਼ਰੂਰੀ ਲਿੰਕਸ ਹਨ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਹਨ। ਕੋਈ ਵੀ ਕੁਆਇਰੀ ਹੈ, ਸਿੰਗਲ ਕੁਆਇਰੀ ਹੈ, ਤੁਸੀਂ ਉੱਥੇ ਸਾਡੇ ਨਾਲ ਜੁੜ ਕੇ ਪੁੱਛ ਸਕਦੇ ਹੋ। ਤੁਹਾਨੂੰ ਹੋਰ ਕੋਈ ਐਕਸਟਰਾ ਚਾਰਜਿਸ ਨਹੀਂ ਪੇ ਕਰਨ ਦੀ ਲੋੜ, ਇੱਕ ਵਾਜਿਬ ਦਾਮ ਹੋਏਗਾ, ਠੀਕ ਹੈ, ਕੋਈ ਤੁਹਾਡੇ ਤੋਂ ਐਕਸਟਰਾ ਪੇ ਨਹੀਂ ਲਿਆ ਜਾਵੇਗਾ, ਕਿਉਂਕਿ ਜਸਟ ਨੋਟਸ ਹਨ, ਤੁਸੀਂ ਘਰ ਬੈਠ ਕੇ ਜਸਟ ਉਹ ਨੋਟਸ ਰੀਡ ਕਰਨੇ ਹਨ ਅਤੇ ਸਾਡੇ ਲਗਾਏ ਫ੍ਰੀ MCQs ਹਨ, ਬਿਲਕੁਲ ਫ੍ਰੀ। ਇਸ ਲਈ ਤੁਹਾਨੂੰ ਕੋਈ ਚਾਰਜਿਸ ਦੇਣ ਦੀ ਲੋੜ ਨਹੀਂ, ਠੀਕ ਹੈ। ਯੂਟਿਊਬ 'ਤੇ ਤੁਹਾਨੂੰ ਡੇਲੀ ਮੈਂ ਫ੍ਰੀ ਜੋ ਹੈ ਵੀਡੀਓਜ਼ ਅਪਲੋਡ ਕਰ ਰਿਹਾ ਹਾਂ। ਆਪਣੀਆਂ 4-5 ਜੋ ਵੀਡੀਓਜ਼ ਹਨ ਆਲਰੇਡੀ ਅਪਲੋਡਿਡ ਹਨ। ਪਹਿਲੀਆਂ ਮੈਂ ਕੁਛ ਵਿਆਕਰਨ ਦੇ ਨਾਲ ਇੱਕ ਟੋਪਿਕ ਵਾਈਜ਼ ਲੈ ਕੇ ਚੱਲਦਾ ਹਾਂ। ਪਹਿਲਾਂ ਆਪਾਂ ਵਿਆਕਰਨ ਕੰਪਲੀਟ ਕੀਤੀ ਸੀ, ਠੀਕ ਹੈ, ਵਿਆਕਰਨ ਆਪਣੀ ਰਾਜੇ ਪੂਰੀ ਹੋ ਚੁੱਕੀ ਹੈ। ਸੋ ਇਸ ਤੋਂ ਬਾਅਦ ਸਾਹਿਤ, ਹੁਣ ਆਪਣਾ ਟੋਪਿਕ ਚੱਲ ਰਿਹਾ ਸਾਹਿਤ, ਇਸ ਤੋਂ ਬਾਅਦ ਆਪਾਂ ਕਰਾਂਗੇ ਸੱਭਿਆਚਾਰ, ਠੀਕ ਹੈ, ਫਿਰ ਸੱਭਿਆਚਾਰ ਕਰਾਂਗੇ। ਸੋ ਇਹ ਵਾਲਾ ਆਪਣਾ ਟੋਪਿਕ ਕੁਛ ਕੰਪਲੀਟ ਹੋ ਚੁੱਕਿਆ ਸੀ। 3-4 ਵੀਡੀਓਜ਼ ਜੋ ਨੇ ਮੈਂ ਵਿਆਕਰਨ 'ਤੇ ਲਗਾ ਚੁੱਕਿਆ, ਮੈਂ ਪੂਰੀ ਰਿਟਨ ਵਿੱਚ ਡਿਟੇਲ ਵਿੱਚ ਵੀ ਦੱਸਿਆ ਸੀ। ਇਸ ਤੋਂ ਇਲਾਵਾ ਤੁਹਾਨੂੰ ਥਿਊਰੀ ਵਰਕ ਜੋ ਹੈ ਉਹ PDF ਦੀ ਫੋਰਮ ਦੇ ਵਿੱਚ ਤੁਹਾਡੇ ਕੋਲੋਂ ਗਰੁੱਪ ਦੇ ਵਿੱਚ ਮੈਂ ਜੋ ਤੁਸੀਂ ਪਰਚੇਜ਼ ਕਰੋਗੇ ਸਾਡੇ ਕੋਲ ਪੇਡ ਜੋ ਨੋਟਸ ਨੇ ਉਹ ਤੁਹਾਨੂੰ ਗਰੁੱਪ ਦੇ ਵਿੱਚ ਮੈਂ ਪਰਸਨਲੀ ਤੌਰ 'ਤੇ ਸੈਂਡ ਕਰਾਂਗਾ, ਠੀਕ ਹੈ। ਸੋ ਕਲਾਸ ਦੀ ਇੱਥੇ ਹੀ ਸਮਾਪਤੀ ਦਿੰਦਾ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰਾਨੇ ਅਤੇ ਪਿਆਰ ਸਾਰੇ ਹੀ ਬੱਚਿਆਂ ਨੂੰ ਜਿਨ੍ਹਾਂ ਨੇ ਵੀਡੀਓ ਨੂੰ ਅੰਤ ਤੱਕ ਦੇਖਿਆ ਹੈ ਬੱਚਿਓ, ਅਤੇ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਸੋ ਮਿਲਦੇ ਹਾਂ ਜੀ ਇਸ ਦੇ ਨਾਲ ਨੈਕਸਟ ਲੈਕਚਰ ਦੇ ਵਿੱਚ ਕੁਛ ਨਵੇਂ ਅਤੇ ਪਿਆਰੇ MCQs ਲੈ ਕੇ। ਸੋ ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ਬਾ ਖੈਰ।